ਪਹਿਲਾਂ ਤਾਂ ਮੈਂ ਆਪ ਜੀ ਦੇ ਸਰੋਤਿਆਂ ਦਾ ਅਤੇ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜੀ, ਤੁਸੀਂ ਸਾਡੇ ਨਗਰ ਬਹੁਨਾ ਦੇ ਵਿੱਚ ਆਏ ਹਾਂ ਅਤੇ ਇਹ ਜਿਹੜੇ ਗੇਮਾਂ ਪ੍ਰਤੀ ਮੇਰੇ ਮਨ 'ਚ ਆਇਆ ਜੀ, ਇਹ ਸਾਡੇ ਜਿਹੜੇ ਅੱਜ ਨੌਜਵਾਨ ਵੀਰ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਪੁਰਾਤਨ ਖੇਡਾਂ ਕੀ ਆ, ਬਾਜੀ ਕੀ ਆ, ਬਾਜੀਗਰ ਕੀ ਆ, ਉਹਨਾਂ ਦਾ ਜਿਹੜਾ ਜ਼ਿਆਦਾ ਰੁਝਾਨ ਅੱਜ ਦੇ ਕਬੂਤਰਬਾਜ਼ੀ ਦੇ ਵਿੱਚ ਚਲਾ ਗਿਆ ਸੀਗਾ। ਕੁਝ ਦਿਨਾਂ ਤੋਂ ਦਿਮਾਗ ਜਿਹੇ 'ਚ ਇਹ ਗੱਲ ਰੜਕਣ ਲੱਗ ਗਈ ਵੀ ਇਹ ਜਿਹੜੇ ਆ ਘਰਾਂ ਦੀਆਂ ਛੱਤਾਂ 'ਤੇ ਕਬੂਤਰਬਾਜ਼ ਚੜ੍ਹੇ ਫਿਰਦੇ, ਲੜਾਈਆਂ ਪੈਂਦੀਆਂ ਵਾ, ਕਿਉਂ ਨਾ ਅਸੀਂ ਇਹਨਾਂ ਨੂੰ ਦੱਸੀਏ ਕਿ ਪੁਰਾਤਨ ਬਾਜੀ ਜਿਹੜੀ ਅਸਲ ਬਾਜੀ ਸੀ, ਬਾਜੀਗਰ ਕਿਵੇਂ ਪਾਉਂਦੇ ਸੀਗੇ, ਉਹਨਾਂ ਬਾਜੀਗਰਾਂ ਦਾ ਜਿਹੜਾ ਅਸੀਂ ਕਿਤੋਂ ਦੂਰ ਨੇੜੇ ਨੰਬਰ ਲੈ ਕੇ ਪ੍ਰਬੰਧ ਕੀਤਾ। ਬੜਾ ਦੁੱਖ ਇਸ ਗੱਲ ਦਾ ਵਾ ਵੀ ਜਿਹੜੀ ਪੁਰਾਤਨ ਬਾਜੀ ਸੀਗੀ, ਇਹਨਾਂ ਬਾਜੀਗਰਾਂ ਦੀਆਂ ਗੇਮਾਂ ਸੀ, ਖੇਡਾਂ ਸੀ, ਕਿਵੇਂ ਉਹ ਮੂੰਹ ਦੇ ਨਾਲ ਗਾਟਰ ਸੜਦੇ ਆ, ਕਿਵੇਂ ਅੱਗ ਦੇ ਵਿੱਚੋਂ ਦੀ ਨਿਕਲਦੇ ਆ, ਕਿਵੇਂ ਉਹ ਕੜਿਆਂ ਦੇ ਵਿੱਚ ਦੋ ਤਿੰਨ ਜਣੇ ਨਿਕਲਦੇ ਆ, ਮੰਜੇ ਉੱਪਰ ਦੀ ਲੰਬੀਆਂ ਛਾਲਾਂ ਲਾਉਣੀਆਂ, ਮੂੰਗਲੀਆਂ ਫੇਰਨੀਆਂ, ਇਹ ਜਿਹੜੀ ਆ ਬਹੁਤ ਮੈਨੂੰ ਲੱਗਦਾ ਸਾਨੂੰ ਵੀ ਪੁਰਾਣੀ ਇਹ ਜਿਹੜੀ ਆ 30-32 ਸਾਲ ਪਹਿਲਾਂ ਵੇਖਣ ਨੂੰ ਮਿਲੀ ਸੀ ਬਾਜੀ। ਅਤੇ ਮੈਂ ਸੋਚਿਆ ਵੀ ਹੁਣ ਸਾਡੇ ਕੋਲ ਬਾਜੀਗਰ ਇਸ ਵਕਤ ਹੈਗੇ ਆ, ਇਹ ਵਿਰਸਾ ਜਿਹੜਾ ਲੋਪ ਹੁੰਦਾ ਜਾਂਦਾ, ਇਸ ਵਿਰਸੇ ਨੂੰ ਬਚਾਉਣ ਦੇ ਲਈ ਜਾਂ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਦਿਖਾਉਣ ਦੇ ਲਈ ਮੈਨੂੰ ਉਪਰਾਲਾ ਕਰਨਾ ਚਾਹੀਦਾ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਸਾਡੇ ਪਿੰਡ ਦੇ ਵਿੱਚ ਇਹ ਬਾਜੀ ਜਿਹੜੀ ਆ ਲਗਭਗ ਮੇਰੀ ਸੁਰਤ ਦੇ ਮੁਤਾਬਕ 30-32 ਸਾਲ ਪਹਿਲਾਂ ਪਈ ਸੀਗੀ ਨਗਰ ਦੇ ਵਿਚਾਲੇ ਜੀ। ਉਦੋਂ ਜਿਹੜੇ ਪੁਰਾਤਨ ਜਿਹੜੇ ਸਾਡੇ ਜੇ ਕਹਿ ਲਈਏ ਬੁੱਗੀਪੁਰੇ ਪਿੰਡ ਤੋਂ ਇੱਕ ਮੱਘਰ ਸਿੰਘ ਜੀ ਹੁੰਦੇ ਸੀਗੇ ਬਾਜੀਗਰ, ਉਹਨਾਂ ਨੂੰ ਇਹ ਪਿੰਡ ਵੰਡੇ ਹੁੰਦੇ ਸੀ, ਇਹਨਾਂ ਦੇ ਏਰੀਏ ਵੰਡੇ ਹੁੰਦੇ ਸੀਗੇ ਬਾਜੀਗਰਾਂ ਦੇ, ਅਤੇ ਉਸ ਸਮੇਂ ਦੇ ਵਿੱਚ ਉਹ ਬਾਜੀ ਪਈ ਸੀ 30-35 ਸਾਲ ਪਹਿਲਾਂ। ਉਦੋਂ ਬਾਅਦ 'ਚ ਸਾਡੇ ਬਾਜੀਗਰ ਨਹੀਂ ਉਹ ਨਿੱਕੀਆਂ ਨਿੱਕੀਆਂ ਖੇਡਾਂ ਦਿਖਾਉਣ ਵਾਲੇ ਖੇਡ ਕਲਾਕਾਰਤਾ ਹੁੰਦੇ ਰਹਿੰਦੇ ਨਗਰਾਂ 'ਚ। ਮੇਰੇ ਪਿੰਡ ਦੇ ਨਿਵਾਸੀਆਂ ਦਾ, ਭੈਣਾਂ ਦਾ, ਬੀਬੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਵਾ, ਅਤੇ ਖਾਸ ਗੱਲ ਵੇਖਣ ਨੂੰ ਇਹ ਮਿਲੀ ਆ ਵੀ ਇਸ ਬਾਜੀ ਦੇ ਵਿੱਚ ਜਿਹੜੇ ਬਾਜੀਗਰਾਂ ਨੇ ਬਾਜੀ ਪਾਈ ਆ, ਜਿੱਥੇ ਉਹਨਾਂ ਦੇ ਪੈਸੇ ਦੇ ਕੇ ਰੁਪਈਏ ਦੇ ਕੇ ਉਹਨਾਂ ਦਾ ਮਾਣ ਵਧਾਇਆ, ਉੱਥੇ ਹੀ ਭੈਣਾਂ ਬੀਬੀਆਂ ਨੇ ਦਾਲ, ਆਟੇ, ਦਾਣੇ ਜਾਂ ਪੁਰਾਤਨ ਸਮੇਂ ਦੇ ਅਨੁਸਾਰ ਖੇਸ ਕੰਬਲ, ਉਹਨਾਂ ਨੂੰ ਸੂਟ ਵਗੈਰਾ ਦੇ ਕੇ ਬਹੁਤ ਵੱਡਾ ਮਾਣ ਕੀਤਾ। ਔਰ ਜਿਹੜੇ ਬਾਜੀਗਰ ਸੀਗੇ ਉਹ ਵੀ ਇਸ ਨਗਰ 'ਚੋਂ ਇੰਨਾ ਖੁਸ਼ ਹੋ ਕੇ ਗਏ ਆ ਵੀ ਉਹ ਸਮਝਦੇ ਸੀ ਵੀ ਅਗਲੀ ਵਾਰ ਵੀ ਜਦੋਂ ਅਸੀਂ ਆਈਏ ਤਾਂ ਸਾਨੂੰ ਇਸ ਪਿੰਡ ਦੇ ਨਾਲ ਨਾਲ ਅਗਲੇ ਪਿੰਡਾਂ 'ਚ ਵੀ ਬੁਲਾਇਆ ਜਾਵੇ ਤਾਂ ਕਿ ਅਸੀਂ ਆਪਦੇ ਵਿਰਸੇ ਨੂੰ ਵੀ ਸਾਂਭ ਸਕੀਏ। ਸਾਨੂੰ ਜਿਹੜਾ ਸਰਕਾਰਾਂ ਤੋਂ ਅੱਜ ਤੱਕ ਕੁਛ ਨਹੀਂ ਮਿਲਿਆ, ਪਰ ਸਾਡੇ ਬੱਚੇ ਵੀ ਇਸ ਵਿਰਸੇ ਤੋਂ ਪਾਸੇ ਹੋ ਗਏ ਆ, ਸਾਨੂੰ ਕਰਨ ਲਈ ਮਜਬੂਰ ਹੋਣਾ ਪਿਆ ਵਾ।